ਹੁਣ ਕੈਲਕੂਲੇਸ਼ਨਾਂ ਕਰ ਰਿਹਾ ਸੀ, ਜੇ ਤੁਸੀਂ ਇੰਨੀ ਵੱਡੀ ਫਿਗਰ ਦੱਸੀ ਹੈ ਤੇ ਫੇਰ ਤੇ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਇਨਕਮ ਦਾ ਸਰੋਤ ਲੱਭ ਲਿਆ। ਜਦੋਂ ਇਹ ਰਜਿਸਟਰੀਆਂ ਹੋਣਗੀਆਂ ਮੈਨੂੰ ਲੱਗਦਾ ਵੀ ਪੰਜਾਬ ਦਾ ਬਜਟ ਤੇ ਡੁੱਲ ਡੁੱਲ ਪਊਗਾ। ਇਹਦੇ ਚ ਕੋਈ ਸ਼ੱਕ ਨੀ ਜੀ, ਰੈਵਨਿਊ ਬਹੁਤ ਇਕੱਠਾ ਹੋਊਗਾ ਜੀ। ਸੈਕਿੰਡ ਸਭ ਤੋਂ ਵੱਡੀ ਗੱਲ ਕੀ ਹੈ ਜੀ, ਜਿੱਦਾਂ ਤੁਹਾਨੂੰ ਦੱਸਿਆ ਵੀ ਜਿਹਦਾ 33% ਵੀ ਤੁਸੀਂ ਲਾਉਂਦੇ ਪੂਰੀ ਆਬਾਦੀ ਦਾ, 33% ਜੋ ਰਾਤ ਨੂੰ ਸਰਾਣੇ ਬਾਂਹ ਰੱਖ ਕੇ ਸੌਂਗਾ, ਜਿਹਦਾ ਪੈਸਾ ਲੱਗਿਆ, ਜਿਹਨੂੰ ਪਤਾ ਚੱਲਿਆ ਕਿ ਮੇਰੀ ਹੁਣ ਛੱਤ ਬੇਰੀ ਬਣ ਗਈ ਹੈ ਜਾਂ ਮੇਰੀ 6 ਮਹੀਨੇ ਚ ਮੈਂ ਆਪਣੀ ਨੀਂਦ ਸੌਂਗਾ, ਉਹ ਆਪਣੀ ਜਿਹੜੀ ਨੀਂਦ ਉਹ ਸੌਂਗਾ ਜੋ ਉਹਨੂੰ ਸਕੂਨ ਮਿਲੇਗਾ ਜਾਂ ਉਹ ਦੁਆਵਾਂ ਦਊਗਾ ਸਰਕਾਰ ਨੂੰ ਜਾਂ ਪ੍ਰਮਾਤਮਾ ਨੂੰ, ਉਹ ਉਹਦੇ ਬਾਰੇ ਕੋਈ ਮਾਣ ਨਹੀਂ। ਚਲੋ ਉਹ ਤਾਂ ਧੱਦੇ ਦੇ ਨਾਲ ਬਿਲਡਰਾਂ ਨੂੰ ਦਊਗਾ, ਬਿਲਡਰਾਂ ਨੂੰ ਕਈਆਂ ਨੇ ਡਾਇਰੈਕਟ ਵੀ ਲਿੱਤੇ ਜੀ, ਇਹ ਤਾਂ ਕਰਮ ਹੈ ਜੀ, ਜਿਹਨੂੰ ਜੋ ਕਰਮ ਮਿਲਿਆ ਉਹ ਕਰ ਰਿਹਾ ਜੀ। ਲੇਕਿਨ ਮੈਂ ਹੋਰ ਵੀ ਕਹਿਣਾ ਚਾਹੁੰਦਾ ਜੀ ਸਰਕਾਰ ਨੂੰ, ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਜਿਹੜੀ ਨਾ ਪਿੱਠ ਥਾਪਣੀ ਚਾਹੀਦੀ। ਕਈ ਪੁਰਾਣੀਆਂ ਸਰਕਾਰਾਂ ਵੀ ਪਿੱਛੇ ਮੈਂ ਦੇਖਿਆ ਸੀ ਸ਼ਾਮ ਨੂੰ ਡਿਬੇਟ ਚੱਲਦੀ ਹੁੰਦੀ ਡੇਲੀ ਜੀ, ਅੱਜ ਕੰਡੈਮ ਕਰ ਰਹੀਆਂ ਨੇ ਇਸ ਸਰਕਾਰ ਨੂੰ ਕਿ ਆਪਣੇ ਮਾਨ ਸਾਹਿਬ ਨੇ, ਸਰਦਾਰ ਭਗਤ ਸਿੰਘ ਜੀ, CM ਸਾਹਿਬ ਨੇ ਪਤਾ ਨੀ ਪੰਜਾਬ ਨੂੰ ਕੀ ਦੇਤਾ, ਬਹੁਤ ਵੱਡੀ ਚੀਜ਼ ਦੇਤੀ, ਮੈਂ ਮੰਨਦਾ ਬਹੁਤ ਵੱਡੀ ਚੀਜ਼ ਦੇਤੀ। ਉਹਦੇ ਨਾਲ ਨਾਲ ਅੱਜ ਜਿਹੜੀਆਂ ਇਹ ਓਪੋਜੀਸ਼ਨ ਪਾਰਟੀਆਂ ਇਸ ਚੀਜ਼ ਨੂੰ ਕੰਡੈਮ ਕਰ ਰਹੀਆਂ ਨੇ, ਇਸ ਧੰਦੇ ਨਾਲ ਜੁੜੇ ਜਿੰਨੇ ਵੀ ਪੰਜਾਬ ਦੇ ਵਪਾਰੀ ਆ, ਉਹਨਾਂ ਨੂੰ ਬਿਲਡਰ ਕਹਿ ਲਓ, ਡਿਵੈਲਪਰ ਕਹਿ ਲਓ, ਕੋਈ ਐਸਾ ਨੁਮਾਇੰਦਾ ਨੀ ਜਿਹਨੂੰ ਨਹੀਂ ਜਾ ਕੇ ਮਿਲੇ ਜੀ। ਹਰੇਕ ਸਰਕਾਰ ਦੇ, ਕਾਂਗਰਸ ਦੇ ਨੂੰ, BJP ਦੇ ਨੂੰ, ਅਕਾਲੀਆਂ ਦੇ ਨੂੰ, ਹੁਣ ਆਪ ਵਿੱਚ ਅਸੀਂ ਆਪ ਸਰਕਾਰ ਦੇ 2 ਸਾਲਾਂ ਤੋਂ ਗੇੜੇ ਕੱਢ ਰਹੇ ਜੀ। 2 ਮੰਤਰੀ ਆਏ, ਦੋਨਾਂ ਮੰਤਰੀਆਂ ਨੂੰ 10 ਵਜੇ ਜਾ ਕੇ ਮਿਲ ਲਵਾਂਗੇ ਜੀ। ਲੋਕਲ ਸੈਕਟਰੀ ਸਾਹਿਬ ਲੋਕਲ ਬੋਡੀ ਦੇ ਉਹਨਾਂ ਨੂੰ ਅਸੀਂ 50 ਵਾਰ ਮਿਲਾਂਗੇ, ਡਾਇਰੈਕਟਰ ਸਾਹਿਬ ਨੂੰ 100 ਵਾਰ ਮਿਲਾਂਗੇ। ਅਖੀਰ ਸੁਣਵਾਈ ਹੋਣ ਹੋਈ ਜਿਹੜੀ 15 ਸਾਲ ਤੋਂ ਚੱਲ ਰਹੀ ਸੀ, ਸਾਰੀਆਂ ਸਰਕਾਰਾਂ ਚ ਹੀ ਕੰਮ ਚੱਲ ਰਿਹਾ ਸੀਗਾ, ਕਿਸੇ ਨੇ ਇੱਕ ਨਹੀਂ ਕਰਿਆ। ਲੇਕਿਨ ਜੋ ਹੁਣ ਇਸ ਸਰਕਾਰ ਨੇ ਕਰਿਆ ਅਸੀਂ ਉਹਦਾ ਬਹੁਤ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ, CM ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ, ਅਸੀਂ ਨਹੀਂ ਸਾਰਾ ਪੰਜਾਬ ਧੰਨਵਾਦ ਕਰਦਾ ਉਹਨਾਂ ਦਾ, ਪਰ ਇਹ ਪਹਿਲੇ ਵੀ ਹੋ ਜਾਣਾ ਚਾਹੀਦਾ ਸੀ ਔਰ ਹੁਣ ਇਹ ਉਮੀਦ ਕਰਦੇ ਹਾਂ। ਸਾਨੂੰ ਉਹਦੇ ਚ ਟਾਈਮ ਬਹੁਤ ਥੋੜਾ ਦਿੱਤਾ ਹੈ, ਮੇਰੇ ਡਿਮਾਂਡ ਕਰ ਰਿਹਾ ਸੀ ਵੀ 2 ਨਵੰਬਰ ਤੱਕ ਡੈਡਲਾਈਨ ਹੈ। ਸਰ ਮੇਰਾ ਕੋਈ ਪਰਸਨਲ ਕੰਮ ਹੈ ਨਹੀਂ ਹੈ, ਮੈਂ ਇੱਕ ਪਬਲਿਕ ਦੀ ਗੱਲ, 2 ਨਵੰਬਰ ਤੱਕ ਕੀ ਕਿਹਾ ਵੀ ਰਜਿਸਟਰ ਕਰਾਓ ਕੀ ਕਰਦਾ। ਹਾਂਜੀ, ਇਹ ਜਿਹੜੀ NOC ਦੀ ਕਲਾਜ਼ ਹੈ ਤੁਹਾਨੂੰ NOC ਤੋਂ ਲੈਣ ਤੋਂ ਬਿਨਾਂ ਰਜਿਸਟਰੀਆਂ ਹੋ ਜਾਣਗੀਆਂ, ਉਹਦੀ ਡੇਟ ਦਿੱਤੀ ਗਈ 2 ਨਵੰਬਰ ਵੀ 2 ਨਵੰਬਰ ਤੱਕ ਰਜਿਸਟਰੀਆਂ ਕਰਾਓ। ਯੈਸ, ਔਰ 2 ਨਵੰਬਰ ਤੱਕ ਰਜਿਸਟਰੀਆਂ ਕਰਵਾਉਣ ਵਾਸਤੇ ਸਾਡੇ ਵਰਕਿੰਗ ਡੇ 30 ਬਣਦੇ ਹੈ ਜੀ, 15 ਛੁੱਟੀਆਂ ਜੀ, 45 ਦਿਨ ਟੋਟਲ। ਅਜੇ ਨੋਟੀਫਿਕੇਸ਼ਨ ਆਉਣੀ ਹੈ, ਅਗਰ ਨੋਟੀਫਿਕੇਸ਼ਨ ਸੋਮਵਾਰ ਮੰਗਲਵਾਰ ਆ ਜਾਂਦੀ ਫੇਰ ਸਾਨੂੰ 30 ਡੇ ਵਰਕਿੰਗ ਡੇ ਮਿਲਣਗੇ, ਇੰਨੀਆਂ ਕਿੰਨੀਆਂ ਕੋਈ ਤਹਿਸੀਲਾਂ ਆਉਣਗੀਆਂ ਜਿੱਥੇ ਰਜਿਸਟਰੀਆਂ ਹੋ ਜਾਣਗੀਆਂ। ਸੈਕੰਡ, ਜਿਹੜਾ ਅਸੀਂ ਇਹ ਪਲਾਟ ਵਿਕਦਾ ਇੱਥੇ ਪੰਜਾਬ ਦੇ ਵਿੱਚ, ਉਹ ਬਾਹਰ ਦੀਆਂ ਸਟੇਟਾਂ ਤੋਂ ਅਸੀਂ ਰੈਵਨਿਊ ਜਨਰੇਟ ਕਰਕੇ ਦਿੰਦੇ ਹਾਂ। ਹਿਮਾਚਲ ਇੱਥੇ ਆਉਂਦਾ ਜੀ, ਜੰਮੂ ਕਸ਼ਮੀਰ ਇੱਥੇ ਆਉਂਦਾ, ਸ੍ਰੀਨਗਰ ਇੱਥੇ ਆਉਂਦਾ ਜੀ, ਮੋਰ ਓਵਰ ਜਿਹੜੇ ਰਿਟਾਇਰੀ ਪਰਸਨ ਹਰਿਆਣੇ ਦੇ ਉਹ ਵੀ ਇੱਥੇ ਰਹਿ ਰਹੇ ਸਾਰੇ ਪੰਜਾਬ। ਮਤਲਬ ਜਿਹੜੇ ਬਿਲਡਰਾਂ ਨੇ ਕਲੋਨੀਆਂ ਬਣਾਈਆਂ, ਤੁਸੀਂ ਸਿੱਧੇ ਰੂਪ ਵਿੱਚ ਹੋਰ ਸੂਬਿਆਂ ਦਾ ਨਿਵੇਸ਼ ਇੱਥੇ ਕਰਵਾ, ਅਸੀਂ ਹੋਰ ਸੂਬਿਆਂ ਦਾ ਨਿਵੇਸ਼ ਕਰਾ ਰਹੇ ਹਾਂ ਔਰ ਸਾਰੇ ਜੋ ਇਸ ਧੰਦੇ ਨਾਲ ਜੁੜੇ ਆ, ਤੁਸੀਂ ਹੋਰ ਦੇਖੋ ਜੀ, ਇੱਕ ਤਾਂ ਬਾਹਰ ਦੀਆਂ ਸਟੇਟਾਂ ਦਾ ਰੈਵਨਿਊ ਲਿਆ ਕੇ ਸਰਕਾਰ ਨੂੰ ਦੇ ਰਹੇ ਹਾਂ ਔਰ ਇਸ ਕੰਮ ਦੇ ਨਾਲ 90-95% ਮਾਰਕੀਟ ਇਸ ਬਿਜ਼ਨਸ ਦੇ ਨਾਲ ਜੁੜੀ ਹੈ। ਪਲਾਟ ਲੈਣ ਤੋਂ ਲੈ ਕੇ
ਮਕਾਨ ਬਣਾਉਣ ਦੇ ਵਿੱਚ ਤੁਸੀਂ ਦੇਖੋ ਕਿਹੜੀ ਐਸੀ ਆਈਟਮ ਹੈ ਜਿਹੜੀ ਆਪਾਂ ਘਰੇ ਆਪ ਖੁਦ ਬਣਾ ਲੈਂਦੇ ਸੈਂਕੜੇ ਜੀ ਸੈਂਕੜੇ ਸੈਂਕੜੇ ਮਕਾਨ ਕੰਪਲੀਟ ਹੋਣ ਤੋਂ ਬਾਅਦ ਫਿਰ ਦੀ ਦੇਖੋ ਫਿਰ ਆਪਾਂ ਇਲੈਕਟ੍ਰੀਸ਼ਨ ਵੱਲ ਤੁਰ ਪੈਂਦੇ ਜੀ ਟੀਵੀ ਨਵਾਂ ਆ ਗਿਆ ਫਰਿੱਜ ਨਵਾਂ ਆ ਗਿਆ ਜੀ ਫਰਨੀਚਰ ਨਵਾਂ ਆ ਗਿਆ ਜੀ ਫਿਰ ਕਰਟਨ ਨਵੇਂ ਲੱਗ ਗਏ ਜੀ ਮਤਲਬ ਕਈ ਚੀਜ਼ਾਂ ਨੇ ਇੱਕ ਕੋਈ ਵੀ 95% ਚੀਜ਼ਾਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੀਆਂ ਨੇ